ਬਾਇਓਗੈਸ ਫੈਕਟਰੀਆਂ ਦੇ ਮਸਲੇ 'ਤੇ ਅੱਜ ਤਾਲਮੇਲ ਕਮੇਟੀ ਦੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਵੱਡੀ ਬੈਠਕ ਹੋਈ ਹੈ। ਬੈਠਕ ਤੋਂ ਬਾਅਦ ਕਿਨ ਕਿਨ ਮਸਲਿਆਂ 'ਤੇ ਚਰਚਾ ਹੋਈ ਹੈ, ਕੀ ਸਰਕਾਰ ਨੇ ਆਸ਼ਵਾਸਨ ਦਿੱਤਾ, ਗੱਲਬਾਤ ਕਰ ਲੈਂਦੇ ਹਾਂ। ਤਾਲਮੇਲ ਕਮੇਟੀ ਦੇ ਮੈਂਬਰ ਸਾਡੇ ਨਾਲ ਨੇ, ਜਨਾਬ ਕੀ ਕੁਛ ਚਰਚਾ ਹੋਈ ਹੈ ਇਸ ਬੈਠਕ ਦੇ ਵਿੱਚ ਔਰ ਚਰਚਾ ਤੋਂ ਬਾਅਦ ਕੀ ਹੱਲ ਨਿਕਲਦਾ ਨਜ਼ਰ ਆ? ਹਾਲ ਕੀ ਚਰਚਾ ਹੋਈ ਆ, ਕੈਬਨਿਟ ਅੱਧੀ ਕੈਬਨਿਟ ਬੈਠੀ ਸੀ ਅਤੇ ਅਸੀਂ ਕਹਿਤਾ ਵੀ ਲੋਕ 5 ਮਹੀਨਿਆਂ ਤੋਂ ਮੂਹਰੇ ਬੈਠੇ ਆ, ਫੈਕਟਰੀਆਂ ਬੰਦ ਕਰਾਤੀਆਂ, ਲੋਕਾਂ ਨੂੰ ਚੱਲਣ ਨਹੀਂ ਦੇ, ਸਾਰੀ ਨਹੀਂ ਚੱਲਣ ਦੀ, ਘੰਘਰਾਲੀ ਇੱਕੋ ਇੱਕ ਪ੍ਰੈਕਟੀਕਲ ਤੌਰ 'ਤੇ ਚੱਲਦੀ ਸੀ, ਉਹ ਵੀ ਬੰਦ ਕਰਾਤੀ, ਕਿਉਂਕਿ ਮੱਛਰ ਮੱਖੀ ਬਦਬੂ ਥੱਲੇ, ਪਾਣੀ ਖਰਾਬ ਅਤੇ ਹੋਰ ਬਹੁਤ ਕੁਛ ਹੈ। ਅਤੇ ਨਾਲ ਹੀ ਹੁਣ ਸਾਡੇ ਕੋਲ ਇੱਕ ਵਿਗਿਆਨਕ ਸੱਚ ਆਇਆ ਵੀ ਇਹਦਾ ਕੈਂਸਰ ਵੀ ਹੋਇਆ ਕਰੂ। ਹਾਂ, ਉਹਦੇ ਕਰਕੇ ਸਰਕਾਰ ਨੇ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਅਮਰ ਅਰੋੜਾ ਨੇ ਵਾਅਦਾ ਕੀਤਾ, ਜਿਹੜਾ ਬਾਇਓਗੈਸ ਫੈਕਟਰੀਆਂ ਦਾ ਇੰਚਾਰਜ ਹੈ ਮੰਤਰੀ, ਵੀ ਜੇ ਤੁਹਾਡੀ ਗੱਲ ਸੱਚੀ ਸਾਬਤ ਹੋ ਗਈ, ਸਾਇੰਸਦਾਨ ਨੇ ਕਮੇਟੀ ਬਣਾ ਰਹੇ ਆ, ਜੇ ਸੱਚੀ ਸਾਇੰਸ ਨੇ ਸਿੱਧ ਕਰਤਾ ਵੀ ਇਹ ਕੈਂਸਰ ਹੋਊਗਾ, ਮੈਂ ਸਾਰੀਆਂ ਪੰਜਾਬ ਦੀਆਂ ਫੈਕਟਰੀਆਂ ਦੇ ਲਾਇਸੈਂਸ ਰੱਦ ਕਰ ਦੂੰ। ਹਾਂ, ਇਹ ਜਿਹੜੇ ਤੁਸੀਂ ਵਿਗਿਆਨਿਕ ਤੱਥ ਦੀ ਗੱਲ ਕਰ ਰਹੇ ਹੋ, ਕਿੱਥੋਂ ਆਇਆ ਵਿਗਿਆਨਿਕ ਤੱਥ? ਸਾਡੇ ਨਾਲ ਡਾਕਟਰ ਬਲਵਿੰਦਰ ਸਿੰਘ ਔਲਖਾ ਉੱਘਾ ਸਾਇੰਸਦਾਨ ਆ, ਅਮੈਰੀਕਾ ਦੀ ਯੂਨੀਵਰਸਿਟੀ ਨੇ ਉਹਨੂੰ ਰੈਕੋਗਨਾਈਜ਼ ਕੀਤਾ ਹੋਇਆ। ਹਾਂ, ਉਹਨੇ ਡਾਕਟਰ ਥਾਮਸਨ ਸ਼ਾਇਦ ਅਮੈਰੀਕਾ ਜੋ ਓਨਕੋਲੋਜੀ 'ਤੇ ਪੇਪਰ ਲਿਖਿਆ ਹੋਇਆ, ਡਾਕਟਰ ਨਦੀਮ ਖਾਨ ਇੰਡੀਆ ਦਾ, ਉਹਦੇ ਪੜ੍ਹਾਏ ਪ੍ਰਿੰਸੀਪਲ ਲੱਗੇ ਆ ਮੈਡੀਕਲ ਕਾਲਜ, ਉਹਨੇ ਪੇਪਰ ਦਿੱਤਾ। ਇੱਕ ਇੱਥੋਂ ਰਸ਼ੀਆ ਦਾ ਕੋਈ ਦੇਸ਼ ਆ, ਉੱਥੋਂ ਦੀ ਇੱਕ ਮੈਡਮ ਆ, ਉਹਦਾ ਪੇਪਰ ਹੈ, ਅਸੀਂ ਆਹ ਪੇਪਰ ਨਾਲ ਤਿਆਰ ਕਰਨਗੇ ਉਹ। ਓਵਰਆਲ ਅਗਰ ਫੈਕਟਰੀਆਂ ਦੀ ਗੱਲ ਕਰੀਏ, ਕਿੰਨੀ ਫੈਕਟਰੀਆਂ ਪੰਜਾਬ 'ਚ ਲੱਗ ਰਹੀਆਂ ਸੀ, ਕਿੱਥੇ ਕਿੱਥੇ ਫੈਕਟਰੀ? ਅੱਜ ਅਰੋੜਾ ਹੀ ਦੱਸਿਆ ਵੀ ਚਰਜਿਆਂ ਨੂੰ ਤਾਂ ਮੈਂ ਮਨਜ਼ੂਰੀ ਦੇ ਤੀ, ਇਹ 200 ਤੱਕ ਤਾਂ ਲੱਗਣਗੇ। ਅਸੀਂ ਕਿਹਾ ਵੀ ਜੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਲਾਈਆਂ ਆਈਆਂ, ਲੋਕਾਂ ਦੀ ਸੱਲੀ ਤੋਂ ਬਿਨਾਂ ਲਾਈਆਂ, ਅਸੀਂ ਵਿਰੋਧ ਕਰਾਂਗੇ, ਅਸੀਂ ਨਹੀਂ ਲੱਗਣ ਦੇਵਾਂਗੇ। ਜਿੰਨੀਆਂ ਵੀ ਇਹ ਲਾਉਣ ਦੀ ਕੋਸ਼ਿਸ਼, ਉਹਦੇ ਮੂਹਰੇ ਵੱਡੀ ਗੈਰੰਟੀ ਲੋਕ ਬੈਠੇ ਆ, ਅਸੀਂ ਇਹ ਲੱਗਣ ਹੀ ਦੇ ਰਹੇ। ਹੁਣ ਐਕਸਪਰਟ ਦੀ ਜਿਹੜੀ ਗੱਲ ਹੋਈ ਹੈ ਕਿ ਇੱਕ ਸਾਂਝੀ ਕਮੇਟੀ ਬਣਾਈ ਜਾਏਗੀ, ਕਦੋਂ ਤੱਕ ਉਹ ਕਮੇਟੀ ਬਣ ਕੇ ਤਿਆਰ ਹੋ ਜੂਗੀ, ਤੁਸੀਂ ਸਰਕਾਰ ਨੂੰ ਕਦੋਂ ਤੱਕ ਟਾਈਮ ਦੇ ਰਹੇ? ਪਰਸੋਂ ਤੱਕ ਕਮੇਟੀ ਤਿਆਰ ਹੋ ਜੂ, 21 ਤੱਕ ਉਹਦੀ ਰਿਪੋਰਟ ਆ ਜੂ, ਫਿਰ ਸਰਕਾਰ ਸਾਰਿਆਂ ਨੂੰ ਮੀਟਿੰਗ ਸੱਦੂ। ਜੇ ਵਾਕਈ ਸਾਡੀ ਗੱਲ ਸੱਚੀ ਸਿੱਧ ਹੋ ਗਈ ਤਾਂ ਸਾਰੀਆਂ ਰੱਦ ਹੋਣਗੀਆਂ, ਨਹੀਂ ਰੱਦ ਕਰਦੀ ਤਾਂ ਅਸੀਂ ਫਿਰ ਵੱਡਾ ਜਾਮ ਕਰਾਂਗੇ ਦਿੱਲੀ ਹਾਈਵੇ 'ਚ। ਤਦ ਤੱਕ ਸਰਕਾਰ ਨੂੰ ਸਮਾਂ ਦਿੱਤਾ, ਤਦ ਤੱਕ ਕੋਈ ਪ੍ਰੋਟੈਸਟ ਨਹੀਂ ਹੋਇਆ? ਨਹੀਂ, ਹਜੇ ਤਾਂ ਫੈਕਟਰੀ ਮੂਹਰੇ ਬੈਠੇ ਰਹਾਂਗੇ, ਅਸੀਂ ਧਰਨੇ ਤਾਂ ਉਵੇਂ ਲੱਗੇ ਰਹਾਂਗੇ, ਘਰਾਂ ਨੂੰ ਨਹੀਂ ਆਉਂਦੇ ਉੱਥੇ ਹੀ ਆ, ਜਿੰਨਾ ਚਿਰ ਪੱਕੀ ਫਾਈਨਲ ਰਿਪੋਰਟ ਨਹੀਂ ਆਉਂਦੀ। ਸਮਰਾਲਾ ਜਿਹੜਾ ਧਰਨਾ ਲੱਗ ਰਿਹਾ ਉਸ ਉਹ ਧਰਨਾ ਸਮਰਾਲਾ, ਭੂੰਡੀ, ਖਾੜਾ, ਘੰਘਰਾਲੀ, ਭੋਗਪੁਰੋ, ਘੰਘਰਾਲਾ, ਗੁਰੂ ਕਕਰਾਲਾ, ਕਿੰਨੀਆਂ ਫੈਕਟਰੀਆਂ ਮੂਹਰੇ ਧਰਨੇ ਲੱਗੇ ਹੋਏ ਆ, ਉਹ ਚੱਲਣਗੇ ਉਵੇਂ। ਬਿਲਕੁਲ, ਯਾਨੀ ਸਿੱਧੇ ਤੌਰ 'ਤੇ ਜੇਕਰ ਗੱਲ ਕਰੀਏ ਤਾਂ 21 ਤਰੀਕ ਤੱਕ ਤਾਂ ਸਮਾਂ ਦਿੱਤਾ ਗਿਆ, ਗੱਲਬਾਤ ਹੋਈ ਹੈ ਕਿ ਆ ਬਾਇਓਗੈਸ ਦੀਆਂ ਜਿਹੜੀਆਂ ਫੈਕਟਰੀਆਂ ਨੇ ਕੈਂਸਰ ਦਾ ਵੱਡਾ ਕਾਰਨ ਨੇ ਔਰ ਇਹਨਾਂ ਨਾਲ ਕੈਂਸਰ ਹੁੰਦਾ। ਹਾਲਾਂਕਿ ਅਮਨ ਅਰੋੜਾ ਕਹਿ ਰਹੇ ਨੇ ਕਿ ਐਕਸਪਰਟ ਨੂੰ ਬਿਠਾਵਾਂਗੇ, ਤਾਲਮੇਲ ਕਮੇਟੀ ਦੇ ਵੀ ਮੈਂਬਰ ਉਸ ਕਮੇਟੀ ਦੇ ਵਿੱਚ ਲਿੱਤੇ ਜਾਣਗੇ, ਸਾਂਝੀ ਕਮੇਟੀ ਬਣੇਗੀ, ਔਰ ਜੇਕਰ ਤੱਥ ਪਾਏ ਜਾਂਦੇ ਨੇ ਕਿ ਬਾਇਓਗੈਸ ਦੀਆਂ ਇਹ ਫੈਕਟਰੀਆਂ ਕੈਂਸਰ ਦਾ ਕਾਰਨ ਨੇ ਤਾਂ ਫਿਰ ਇਹਨਾਂ ਨੂੰ ਅਨੁਮਤੀ ਨਹੀਂ ਦਿੱਤੀ ਜਾਏਗੀ, ਇਹਨਾਂ ਦੇ ਲਾਇਸੈਂਸ ਰੱਦ ਹੋਣਗੇ, ਫੈਕਟਰੀਆਂ ਨਹੀਂ ਖੁੱਲ੍ਹਣਗੀਆਂ। ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਹੁਣ ਜਦੋਂ ਤਾਲਮੇਲ ਕਮੇਟੀ ਬਣਦੀ ਹੈ ਔਰ ਤਾਲਮੇਲ ਕਮੇਟੀ ਦੇ ਵਿੱਚ ਐਕਸਪਰਟ ਬਹਿੰਦੇ ਨੇ ਤਾਂ ਫਿਰ ਕੀ ਕੁਛ ਤੱਥ ਨਿਕਲ ਕੇ ਸਾਹਮਣੇ ਆਉਣਗੇ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।